ਤਾਂ ਆ ਅੱਜ ਗੱਲ ਕਰਾਂਗੇ ਸਟੀਰੌਇਡ ਬਾਰੇ ਐਨਾਬੋਲਿਕ ਸਟੀਰੌਇਡ ਬਾਰੇ ਤਾਂ ਉਹ ਕਿਹੜਾ ਸਟੀਰੌਇਡ ਹੈ ਜੋ ਸਭ ਤੋਂ ਸੁਰੱਖਿਅਤ ਹੈ ਦੁਨੀਆ ਵਿੱਚ ਪਾਏ ਜਾਂਦੇ ਸਭ ਤੋਂ ਅਸਰਦਾਰ ਜ਼ੋਰਦਾਰ ਐਨਾਬੋਲਿਕ ਸਟੀਰੌਇਡ ਵਿੱਚੋਂ ਜੇ ਸਭ ਤੋਂ ਸੁਰੱਖਿਅਤ ਐਨਾਬੋਲਿਕ ਸਟੀਰੌਇਡ ਚੁਣਨਾ ਹੋਵੇ ਤਾਂ ਉਹ ਕਿਹੜਾ ਤਾਂ ਉਹ ਐਨਾਬੋਲਿਕ ਸਟੀਰੌਇਡ ਹੈ ਡੈਕਾ ਡਿਊਰੋਬੋਲਿਨ ਆਮ ਤੌਰ ਤੇ ਇਸ ਨੂੰ ਡੈਕੇ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਬਿਨਾ ਸ਼ੱਕ ਤੁਸੀਂ ਚਾਹੇ ਜੈਮ ਦਾ ਮੂੰਹ ਤੱਕ ਨਾ ਦੇਖਿਆ ਹੋਵੇ ਪਰ ਤੁਸੀਂ ਡੈਕਾ ਡਿਊਰੋਬੋਲੀਨ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਤਾਂ ਅੱਜ ਦੀ ਵੀਡੀਓ 'ਚ ਵਿਸਥਾਰ ਨਾਲ ਡੈਕੇ ਉੱਪਰ ਹੀ ਗੱਲ ਕਰਾਂਗੇ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਮੱਲੀ ਹੈਲਥ ਗੁਰੂ ਜੈਸ ਵੀ ਦੋਸਤ ਨੇ ਆਪਣਾ ਇੱਛਾਤਰੀ ਫਿਟਨੈਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁਣੇ ਸਬਸਕ੍ਰਾਈਬ ਕਰੋ ਗੱਲ ਲੱਗੇ ਤੋਰਦੇ ਆ ਡੈਕੇ ਬਾਰੇ ਤਾਂ ਡੈਕੇ ਨੂੰ ਸਭ ਤੋਂ ਸੁਰੱਖਿਅਤ ਐਨਾਬੋਲਿਕ ਸਟੀਰੋਇਡ ਗਿਣਿਆ ਜਾਂਦਾ ਹੈ ਇਹ ਮੇਰੇ ਆਪਣੇ ਵਿਚਾਰ ਨੇਗੇ ਤੁਸੀਂ ਮੈਡੀਕਲ ਕਮਿਊਨਿਟੀ ਚ ਕਿਸੇ ਵੀ ਡਾਕਟਰ ਤੋਂ ਪੁੱਛੋ ਤਾਂ ਉਹ ਵੀ ਤੁਹਾਨੂੰ ਇਹੀ ਕਹੇਗਾ ਜੋ ਬੋਡੀ ਬਿਲਡਰ ਆ ਵੱਡੇ ਮਹਾਨ ਬੋਡੀ ਬਿਲਡਰ ਆ ਜਿਨ੍ਹਾਂ ਨੇ ਲੰਮਾ ਸਮਾਂ ਸਟੀਰੋਇਡ ਲਿਆ ਹਰ ਕਿਸਮ ਦਾ ਸਟੀਰੋਇਡ ਲਿਆ ਉਹ ਵੀ ਇਹੀ ਗੱਲ ਕਹਿੰਦੇ ਆ ਅਤੇ ਜੋ ਬੋਡੀ ਬਿਲਡਿੰਗ ਦੇ ਵੱਡੇ ਨਾਮਵਰ ਕੋਚ ਆ ਗੁਰੂ ਆ ਉਹਨਾਂ ਦੇ ਵਿਚਾਰ ਵੀ ਇਹੀ ਆ ਕਿ ਡੈਕਾ ਸਭ ਤੋਂ ਸੁਰੱਖਿਅਤ ਐਨਾਬੋਲਿਕ ਸਟੀਰੋਇਡ ਪਰ ਇੱਥੇ ਇੱਕ ਚੀਜ਼ ਉੱਪਰ ਧਿਆਨ ਦੇਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਅਰਥ ਦਾ ਅਨਰਥ ਹੋ ਜਾਣਾ ਜਦੋਂ ਗੱਲ ਆਉਂਦੀ ਹੈ ਕਿ ਐਨਾਬੋਲਿਕ ਸਟੀਰੋਇਡ ਵਿੱਚੋਂ ਸਭ ਤੋਂ ਸੁਰੱਖਿਅਤ ਸਟੀਰੋਇਡ ਡੈਕਾ ਤਾਂ ਧਿਆਨ ਦੇਣਾ ਕਿ ਇਹ ਜੋ ਸੁਰੱਖਿਅਤ ਸ਼ਬਦ ਡੈਕੇ ਬਾਰੇ ਕਿਹਾ ਜਾਂਦਾ ਇਹ ਇੱਕ ਰਿਲੇਟਿਵ ਟਰਮ ਦੇ ਤੌਰ ਤੇ ਵਰਤਿਆ ਜਾ ਰਿਹਾ ਇਹ ਕੋਈ ਐਬਸੋਲਿਊਟ ਟਰਮ ਨਹੀਂ ਗੀ ਪੰਜਾਬੀ ਪਿੰਡੂ ਭਾਸ਼ਾ ਚ ਦੱਸਾਂ ਤਾਂ ਇਹ ਜੋ ਸੁਰੱਖਿਅਤ ਐਨਾਬੋਲਿਕ ਸਟੀਰੋਇਡ ਕਿਹਾ ਜਾਂਦਾ ਡੈਕੇ ਨੂੰ ਇਹ ਦੂਸਰੇ ਐਨਾਬੋਲਿਕ ਸਟੀਰੋਇਡ ਦੀ ਤੁਲਨਾ ਚ ਕਿਹਾ ਜਾਂਦਾ ਇਹ ਜੋ ਡੈਕ ਹੈ ਇਹ ਆਪਣੇ ਆਪ ਵਿੱਚ ਸੁਰੱਖਿਤ ਨਹੀਂਗਾ ਇਹ ਜੋ ਦੂਜੇ ਐਨਾਬੋਲਿਕ ਸਟੀਰੋਇਡ ਆ ਦੂਜੇ ਜੋ ਸਟੀਰੋਇਡ ਆ ਸਰੀਰ ਬਣਾਉਣ ਵਾਲੇ ਸਟੀਰੋਇਡ ਉਹਨਾਂ ਦੀ ਤੁਲਨਾ ਵਿੱਚ ਸੁਰੱਖਿਆਤ ਹੈ ਸਲੀਅਤ ਇਹ ਹੈ ਕਿ ਡੈਕੇ ਦੇ ਆਪਣੇ ਸਾਈਡ ਇਫੈਕਟ ਹਨ ਇੱਕ ਦੋ ਕਾਫੀ ਡਰਾਉਣੇ ਸਾਈਡ ਇਫੈਕਟ ਆ ਪਰ ਜੋ ਦੂਸਰੇ ਸਟੀਰੋਇਡ ਉਨ੍ਹਾਂ ਦੇ ਇਸ ਤੋਂ ਵੀ ਗੰਭੀਰ ਜਿਆਦਾ ਸਾਈਡ ਇਫੈਕਟ ਹੈ ਇਸ ਲਈ ਡੈਕੇ ਨੂੰ ਦੂਸਰੇ ਐਨਾਬੋਲਿਕ ਸਟੀਰੋਇਡ ਦੀ ਤੁਲਨਾ ਵਿੱਚ ਸੁਰੱਖਿਅਤ ਮੰਨਿਆ ਜਾਂਦਾ ਪਰ ਡੈਕਾ ਆਪਣੇ ਆਪ ਵਿੱਚ ਸੁਰੱਖਿਅਤ ਨਹੀਂ ਇਹ ਨਹੀਂ ਕਿ ਆ ਕਿ ਤੁਸੀਂ ਬੇਫਿਕਰੋ ਕੇ ਡੈਕੇ ਦੇ ਟੀਕੇ ਲਾ ਸਕਦੇ ਹੋ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਸਭ ਤੋਂ ਪਹਿਲਾਂ ਅਸੀਂ ਡੈਕੇ ਦੇ ਫਾਇਦਿਆਂ ਦੀ ਗੱਲ ਕਰਦੇ ਆ ਆਖਰ ਇਸ ਨੂੰ ਬਣਾਇਆ ਕਿਉਂ ਗਿਆ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਹ ਜੋ ਡੈਕ ਹੈ ਇਹ FDA ਵੱਲੋਂ ਅਪਰੂਵਡ ਠੀਕ ਹੈ FDA ਵੱਲੋਂ ਇਜਾਜ਼ਤ ਦਿੱਤੀ ਗਈ ਹੈ ਕਿ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਪਰ ਡਾਕਟਰ ਦੀ ਸਲਾਹ ਨਾਲ ਅਤੇ ਜ਼ਰੂਰਤ ਅਨੁਸਾਰ ਡੈਕੇ ਨੂੰ ਅਸਲ ਵਿੱਚ ਕੈਕੈਕਸिया ਦੇ ਇਲਾਜ ਲਈ ਬਣਾਇਆ ਗਿਆ ਸੀ ਕੈਕੈਕਸिया ਸਿੰਡਰਮ ਹੁੰਦਾ ਜਦੋਂ ਮਸਲ ਖੁਰਨ ਲੱਗਦੇ ਆ ਸਰੀਰ ਖੁਰਨ ਲੱਗਦਾ ਇਸ ਦਾ ਕਾਰਨ ਕੋਈ ਹੋਰ ਬਿਮਾਰੀ ਹੁੰਦੀ ਹੈ ਮਸਲ ਦਾ ਖੁਰਨਾ ਉਹ ਸਿੱਧੇ ਤੌਰ ਤੇ ਕੋਈ ਬਿਮਾਰੀ ਨਹੀਂ ਅਸੀਂ ਕਹਿ ਸਕਦੇ ਕੈਕੈਕਸੀਆ ਨੂੰ ਕੋਈ ਬਿਮਾਰੀ ਨਹੀਂ ਕਹਿ ਸਕਦੇ ਸਿੰਡਰਮ ਕਿਹਾ ਜਾਂਦਾ ਐਸ ਲਈ ਕਿਉਂਕਿ ਇਹ ਕਿਸੇ ਹੋਰ ਬਿਮਾਰੀ ਕਾਰਨ ਹੁੰਦਾ ਜਿਵੇਂ ਕਿ ਟੀਬੀ ਕਾਰਨ ਮਸਲ ਖੁਰ ਜਾਂਦੇ ਆ ਮਨੁੱਖ ਬਹੁਤ ਕਮਜ਼ੋਰ ਹੋ ਜਾਂਦਾ ਜਾਂ ਏਡਜ਼ ਕਾਰਨ ਅਜੀਹਾ ਹੋ ਜਾਂਦਾ ਤਾਂ ਇੰਨਾ ਗੰਭੀਰ ਬਿਮਾਰੀਆਂ ਵਿੱਚ ਜਦੋਂ ਮਸਲ ਖੁਰਨ ਲੱਗਦੇ ਆ ਤਾਂ ਡਾਕਟਰ ਡੈਕਾ ਲਾਉਣ ਦੀ ਸਲਾਹ ਦਿੰਦਾ ਉਸ ਮਰੀਜ਼ ਨੂੰ ਤਾਂ ਐਸ ਨਾਲ ਕੀ ਹੁੰਦਾ ਕਿ ਡੈਕਾ ਐਕਤ ਉਸ ਦੇ ਖੂਨ ਵਿੱਚ ਵਾਧਾ ਕਰ ਦਿੰਦਾ ਡੈਕਾ ਖੂਨ ਬਣਾਉਂਦਾ ਦੂਸਰੇ ਨੰਬਰ ਤੇ ਉਹ ਆਸ ਦੇ ਥੋੜਾ ਜੋੜਾਂ ਨੂੰ ਵੀ ਤਕੜਾ ਕਰਦਾ ਅਤੇ ਮਸਲ ਨੂੰ ਤਕੜੇ ਕਰ ਦਿੰਦਾ ਵੱਡੇ ਕਰ ਦਿੰਦਾ ਬਹੁਤ ਜਲਦੀ ਵੱਡੇ ਕਰ ਦਿੰਦਾ ਜੋੜਾਂ ਵਿੱਚ ਜੋ ਦਰਦ ਹੁੰਦਾ ਉਹ ਹੁਣ ਘਟ ਜਾਂਦਾ ਇਸ ਤਰ੍ਹਾਂ ਜ਼ਰੂਰਤ ਸਮੇ ਇਹ ਜੋ ਡੈਕ ਹੈ ਕਿਸੇ ਲਈ ਜੀਵਨ ਦਾਈ ਸਿੱਧ ਹੁੰਦਾ ਇਸ ਲਈ ਡੈਕਾ ਬਹੁਤ ਜ਼ਬਰਦਸਤ ਬਹੁਤ ਅਸਰਦਾਰ ਦਵਾਈ ਹੈ ਇਸ ਤੋਂ ਇਲਾਵਾ ਡੈਕਾ ਜੋ ਇਹ ਲੰਮਾ ਸਮਾਂ ਇਸਤੇਮਾਲ ਕਰਨ ਤੇ ਵੀ ਲਿਵਰ ਉੱਪਰ ਕੋਈ ਬੁਰਾ ਅਫੈਕਟ ਨਹੀਂ ਪਾਉਂਦਾ ਕਿਡਨੀ ਆਫਰ ਕੋਈ ਬੁਰਾ ਅਫੈਕਟ ਨਹੀਂ ਪਾਉਂਦਾ ਇਸ ਲਈ ਵੀ ਡਾਕਟਰ ਇਸ ਨੂੰ ਪਹਿਲ ਦੇ ਆਧਾਰ ਤੇ ਵਰਤਦੇ ਆ ਦੂਸਰੇ ਐਨਾਬੋਲਿਕ ਸਟੀਰੋਇਡ ਦੀ ਤੁਲਨਾ ਵਿੱਚ ਇਸ ਤਰ੍ਹਾਂ ਡੈਕਾ ਦੂਸਰੇ ਸਭ ਐਨਾਬੋਲਿਕ ਸਟੀਰੋਇਡ ਦੀ ਤੁਲਨਾ ਵਿੱਚ ਬਹੁਤ ਹੀ ਫਾਇਦੇਮੰਦ ਅਤੇ ਤੁਲਨਾਤਮਕ ਤੌਰ ਤੇ ਬਹੁਤ ਹੀ ਸੁਰੱਖਿਅਤ ਸਟੀਰੋਇਡ ਹੋ ਗੁਜਰਦਾ ਪਰ ਡੈਕੇ ਦੇ ਕੁਝ ਸਾਈਡ ਇਫੈਕਟ ਵੀ ਆ ਬੜੇ ਭਿਆਨਕ ਸਾਈਡ ਇਫੈਕਟ ਜੋ ਸਭ ਤੋਂ ਪਹਿਲਾ ਸਾਈਡ ਇਫੈਕਟ ਆ ਉਸ ਨੂੰ ਕਿਹਾ ਜਾਂਦਾ ਡੈਕ ਹੁੰਦਾ ਕੀ ਹੈ ਕਿ ਡੈਕਾ ਲਾਉਣ ਤੇ ਲੰਮਾ ਸਮਾਂ ਡੈਕਾ ਲਾਉਣ ਤੇ ਡੈਕਾ ਲਾਉਣ ਵਾਲੇ ਨੂੰ ਰੈਕਟਲ ਡਿਸਫੰਕਸ਼ਨ ਦੀ ਮੁਸ਼ਕਲ ਆਉਣ ਲੱਗਦੀ ਹੈ ਅਤੇ ਬੜੀ ਗੰਭੀਰ ਰੂਪ ਵਿੱਚ ਸਾਹਮਣੇ ਆਉਂਦੀ ਹੈ ਇਹ ਚੀਜ਼ ਦਾ ਜੋ ਗ੍ਰੈਸਤ ਜੀਵਨ ਲਗਭਗ ਖਤਮ ਹੋ ਜਾਂਦਾ ਅਜਿਹਾ ਕਿਉਂ ਹੁੰਦਾ ਇਸ ਦੇ ਬਹੁਤ ਸਾਰੇ ਕਾਰਨ ਗਿਣੇ ਜਾਂਦੇ ਆ ਜਿਨ੍ਹਾਂ ਉੱਪਰ ਕਦੇ ਫੇਰ ਚਰਚਾ ਕਰਾਂਗੇ ਪਰ ਇੱਕ ਕਾਰਨ ਜੈਸ ਉਪਰ ਵਿਚਾਰ ਕਰਨਾ ਬੰਦ ਦਾ ਜਿਸ ਕਾਰਨ ਇਰੇਕਟਾਈਲ ਡਿਸਫੰਕਸ਼ਨ ਦੀ ਮੁਸ਼ਕਲ ਆਉਂਦੀ ਹੈ ਇਸ ਨਾਲ ਇੱਕ ਹੋਰ ਗੰਭੀਰ ਸਾਈਡ ਇਫੈਕਟ ਵੀ ਸਾਹਮਣੇ ਆ ਜਾਂਦਾ ਤਾਂ ਪਹਿਲਾਂ ਅਸੀਂ ਇਸ ਦੂਸਰੇ ਸਾਈਡ ਇਫੈਕਟ ਤੇ ਗੱਲ ਕਰਾਂਗੇ ਫਿਰ ਇਹਨਾਂ ਦੋਹਾਂ ਸਾਈਡ ਇਫੈਕਟ ਦੇ ਕੌਜ਼ ਉੱਪਰ ਗੱਲ ਕਰਾਂਗੇ ਕਿ ਡਾਕ ਦੇ ਕਾਰਨ ਇਹ ਕਿਵੇਂ ਪੈਦਾ ਹੋ ਜਾਂਦੇ ਆ ਤਾਂ ਦੂਸਰਾ ਜੋ ਵੱਡਾ ਡਰਾਉਣਾ ਸਾਈਡ ਇਫੈਕਟ ਆ ਐਸ ਨਾਲ ਨਾ ਸਿਰਫ ਗਾਇਨੋ ਕੋ ਮਾਸਟੀ ਆ ਦੀ ਮੁਸ਼ਕਲ ਆ ਸਕਦੀ ਹੈ ਸਗੋਂ ਮਰਦ ਦੀ ਛਾਤੀ ਵਿੱਚੋਂ ਦੁੱਧ ਦੀ ਤਰ੍ਹਾਂ ਦਾ ਇੱਕ ਪਦਾਰਥ ਡਿਸਚਾਰਜ ਹੋਣ ਲੱਗ ਸਕਦਾ ਇਹ ਕੋਈ ਕਲਪਨਾ ਨਹੀਂ ਇਹ ਕੋਈ ਹਾਈਪੋਥੈਸਿਸ ਨਹੀਂ ਇਹ ਇੱਕ ਅਸਲੀਅਤ ਹੈ ਤਾਂ ਇਹ ਇਰੇਕਟਾਈਲ ਡਿਸਫੰਕਸ਼ਨ ਅਤੇ ਦੁੱਧ ਦੀ ਤਰ੍ਹਾਂ ਇੱਕ ਪਾਣੀ ਦੀ ਤਰ੍ਹਾਂ ਜਾਂ ਕਹਿ ਲੋ ਡਿਸਚਾਰਜ ਹੋਣ ਲੱਗਣਾ ਇਹ ਦੋਵੇਂ ਬੜੇ ਗੰਭੀਰ ਸਾਈਡ ਇਫੈਕਟ ਹਨ ਤਾਂ ਇਹਨਾਂ ਦਾ ਜੋ ਕਾਰਨ ਹੈ ਇਹ ਕਿਹਾ ਜਾਂਦਾ ਹੈ ਕਿ ਡੈਕੇ ਕਾਰਨ ਐਸਟ੍ਰੋਜਨ ਹਾਰਮੋਨ ਉਹ ਕੋਈ ਜ਼ਿਆਦਾ ਨਹੀਂ ਵੱਧਦਾ ਪਰ ਪ੍ਰੋਲੈਕਟਿਨ ਅਤੇ ਪ੍ਰੋਜੈਸਟਰੋਨ ਹਾਰਮੋਨਾਂ ਜੋ ਉਹਨਾਂ ਵਿੱਚੋਂ ਕੋਈ ਵੱਧ ਸਕਦਾ ਪ੍ਰੋਜੈਸਟਰੋਨ ਜਾਂ ਪ੍ਰੋਲੈਕਟਿਨ ਇਹ ਚਾਹੇ ਇੱਕ ਦੂਜੇ ਦੇ ਵਿਰੋਧੀ ਹਾਰਮੋਨ ਹੈ ਪਰ ਕੁਝ ਮਾਰਾਂ ਦਾ ਕਹਿਣਾ ਹੈ ਕਿ ਡੈਕੇ ਕਾਰਨ ਪ੍ਰੋਜੈਸਟਰੋਨ ਵੱਧਦਾ ਜੋ ਜ਼ਿਆਦਾ ਡਾਕਟਰ ਕਹਿੰਦੇ ਆ ਅਤੇ ਕੁਝ ਬੋਡੀ ਬਿਲਡਰ ਜਿਨ੍ਹਾਂ ਨੇ ਇਸ ਨੂੰ ਯੂਜ਼ ਕੀਤਾ ਤਾਂ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਡੈਕੇ ਕਾਰਨ ਪ੍ਰੋਲੈਕਟਿਨ ਹਾਰਮੋਨ ਵੀ ਵਧਿਆ ਜਿਸ ਕਾਰਨ ਉਹਨਾਂ ਦੀ ਨਾ ਸਿਰਫ ਛਾਤੀ ਔਰਤਾਂ ਦੀ ਤਰ੍ਹਾਂ ਹੋਈ ਜਿਸ ਨੂੰ ਗਾਈਨੋਕੋਮਾਸਟिया ਕਿਹਾ ਜਾਂਦਾ ਹੈ ਸਗੋਂ ਛਾਤੀ ਵਿੱਚੋਂ ਇੱਕ ਪਾਣੀ ਜਾਂ ਦੁੱਧ ਦੀ ਤਰ੍ਹਾਂ ਕੁਝ ਵੀ ਕਹਿ ਲੋ ਇੱਕ ਤਰਲ ਪਦਾਰਥ ਡਿਸਚਾਰਜ ਹੋਣ ਲੱਗਿਆ ਇਹ ਰੈਕਟਾਈਲ ਡਿਸਫੰਕਸ਼ਨ ਦੀ ਜੋ ਮੁਸ਼ਕਲ ਹੈ ਜਿਸ ਨੂੰ ਡੈਕਾਡਿਅ ਕਿਹਾ ਜਾਂਦਾ ਹੈ ਇਹ ਲੰਮਾ ਸਮਾਂ ਥੋੜੀ ਮਾਤਰਾ ਵਿੱਚ ਡੈਕਾਲੈਂਨ ਤੇ ਵੀ ਹੋ ਸਕਦਾ ਹੈ ਦੂਸਰੀ ਜੋ ਗਾਇਨੋਕ ਦੀ ਮੁਸ਼ਕਲ ਆ ਅਤੇ ਡਿਸਚਾਰਜ ਪਾਣੀ ਜਾਂ ਦੁੱਧ ਨਿਕਲਣ ਦੀ ਮੁਸ਼ਕਲ ਆ ਛਾਤੀ ਚੋਂ ਇਹ ਬਹੁਤ ਜ਼ਿਆਦਾ ਡੈਕੇ ਦਾ ਇਸਤੇਮਾਲ ਕਰਨ ਤੇ ਹੁੰਦੀ ਹੈ ਅਤੇ ਕੁਝ ਲੋਕਾਂ ਨਾਲ ਇਹ ਵੀ ਹੋ ਸਕਦਾ ਕਿ ਬਹੁਤ ਥੋੜਾ ਜਾਂ ਥੋੜਾ ਸਮਾਂ ਡੈਕੇ ਦਾ ਇਸਤੇਮਾਲ ਕਰਨ ਤੇ ਵੀ ਇਹ ਮੁਸ਼ਕਲ ਹੋ ਜੇ ਅਤੇ ਕੁਝ ਲੋਕਾਂ ਨਾਲ ਬਹੁਤ ਲੰਮਾ ਸਮਾਂ ਬਹੁਤ ਭਾਰੀ ਮਾਤਰਾ ਵਿੱਚ ਡੈਕੇ ਦਾ ਇਸਤੇਮਾਲ ਕਰਨ ਤੇ ਵੀ ਹੋ ਸਕਦਾ ਹੈ ਮੁਸ਼ਕਲ ਨਾ ਹੋਵੇ ਪਰ ਜੋ ਇਰੇਕਟਾਈਲ ਡਿਸਫੰਕਸ਼ਨ ਦੀ ਮੁਸ਼ਕਲ ਇਹ ਆਮ ਤੌਰ ਤੇ ਜ਼ਿਆਦਾਤਰ ਡੈਕੇ ਦਾ ਇਸਤੇਮਾਲ ਕਰਨ ਵਾਲਿਆਂ ਵਿੱਚ ਆਉਂਦੀ ਹੀ ਆਉਂਦੀ ਹੈ ਉਮੀਦ ਤੁਸੀਂ ਡੈਕੇ ਦੇ ਫਾਇਦੇ ਅਤੇ ਨੁਕਸਾਨ ਬਾਰੇ ਸਮਝ ਗਏ ਹੋਵੋਗੇ ਅਤੇ ਜਦੋਂ ਵੀ ਤੁਸੀਂ ਸੋਚੋ ਕਿ ਅਸੀਂ ਹੁਣ ਸਟੀਰਾਈਡ ਲੈਣਾ ਜਾਂ ਡੈਕਾ ਲਾਉਣਾ ਤਾਂ ਤੁਸੀਂ 100 ਵਾਰੀ ਸੋਚੋਗੇ ਅਤੇ ਉਸ ਤੋਂ ਬਾਅਦ ਵੀ ਜੇ ਤੁਸੀਂ ਸਟੀਰਾਈਡ ਲੈਣ ਦਾ ਫੈਸਲਾ ਕਰਦੇ ਹੋ ਜਰੂਰ ਕੁਝ ਸੋਚ ਕੇ ਕੀਤਾ ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੋ ਜਾਂਦੀ ਹੈ ਵੀਡੀਓ ਨੂੰ ਨਾ ਸਿਰਫ ਲਾਈਕ ਕਰਨਾ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ ਕਿਉਂਕਿ ਇਹ ਵੀਡੀਓ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰੇਗੀ ਅਜਿਹੇ ਲੋਕਾਂ ਲਈ ਵੀ ਇਹ ਬਹੁਤ ਵੱਡਾ ਸਬਕ ਹੋਵੇਗੀ ਜੋ ਕਿ ਸਟੀਰਾਈਡ ਲੈਣ ਬਾਰੇ ਸੋਚ ਰਹੇ ਆ ਧੰਨਵਾਦ